ਚਿੱਟਾ ਵਿਕਦਾ ਵਾ, ਦਾਰੂ ਵਿਕਦਾ ਵਾ, ਪੁਲਿਸ ਵਾਲੇ ਆਏ ਦੇ ਪੈਸੇ ਲੈ ਕੇ ਚਲ ਜਾਂਦੇ ਆ। ਛੋਟੇ ਛੋਟੇ ਮੁੰਡੇ ਵੀ ਇਹਨਾਂ ਨੇ ਮੁੰਡੇ ਵੀ ਨਸ਼ੇ ਕਰਨ ਲੱਗ ਜਾਂਦੇ ਆ। ਟੀਕਾ ਵੀ ਵਿਕਦਾ ਵਾ, ਕੈਪਸੂਲ ਵੀ ਵਿਕਦਾ ਵਾ। ਨਸ਼ਾ ਪੰਜਾਬ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਰਿਹਾ, ਜਿਸ ਤੇ ਲਗਾਮ ਲਗਾਉਣਾ ਨਾਮੁਮਕਿਨ ਸਾਬਿਤ ਹੋ ਰਿਹਾ। ਜਲੰਧਰ ਦਾ ਕਾਜ਼ੀ ਮੱਲਾ ਸ਼ੁਰੂ ਤੋਂ ਹੀ ਨਸ਼ੇ ਦੀ ਤਸਕਰੀ ਵਿੱਚ ਅੱਗੇ ਰਿਹਾ ਅਤੇ ਅੱਜ ਉੱਥੋਂ ਦੇ ਇਹ ਹਾਲਾਤ ਨੇ ਕਿ ਹਰ ਤਰ੍ਹਾਂ ਦਾ ਨਸ਼ਾ ਉੱਥੇ ਆਸਾਨੀ ਨਾਲ ਮਿਲ ਜਾਂਦਾ। ਮੁੱਲਾ ਵਾਸੀ ਇਸ ਦੀ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਨੇ ਤੇ ਆਪਣੇ ਵਿਧਾਇਕ ਨੂੰ ਵੀ ਮਿਲ ਚੁੱਕੇ ਨੇ। ਉਹਨਾਂ ਦੇ ਖੇਤਰ ਦੇ ਵਿੱਚ ਨਸ਼ਾ ਲਗਾਤਾਰ ਵਿਕ ਰਿਹਾ। ਮੁੱਲਾ ਵਾਸੀਆਂ ਦਾ ਕਹਿਣਾ ਹੈ ਕਿ ਇੱਥੋਂ ਦੇ ਇਲਾਕਾ ਕੌਂਸਲਰ ਦੀ ਸ਼ਹਿਰ ਤੇ ਇਹ ਨਸ਼ਾ ਵਿਕ ਰਿਹਾ ਤੇ ਇਹ ਨਸ਼ਾ ਸਵੇਰ ਤੋਂ ਹੀ ਵਿਕਣਾ ਸ਼ੁਰੂ ਹੋ ਜਾਂਦਾ, ਜਿਸ ਦੇ ਖਿਲਾਫ ਜੇਕਰ ਕੋਈ ਆਵਾਜ਼ ਉਠਾਉਂਦਾ ਤਾਂ ਉਸਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਚਿੱਟਾ ਵਿਕਦਾ ਵਾ, ਦਾਰੂ ਵਿਕਦਾ ਵਾ, ਠੀਕ ਹੈ ਨਾ, ਪੰਜ ਛੇ ਜਗ੍ਹਾ ਦਾਰੂ ਵਿਕਦਾ ਵਾ, ਚਿੱਟਾ ਵੀ ਵਿਕਦਾ ਵਾ, ਠੀਕ ਹੈ ਨਾ, ਪੁਲਿਸ ਵਾਲੇ ਆ ਜਾਂਦੇ ਪੈਸੇ ਲੈ ਕੇ ਚੱਲ ਜਾਂਦੇ ਆ, ਕੋਈ ਰੋਕ ਟੋਕ ਨਹੀਂ ਹੈਗਾ। ਇਹ ਹੁਣ ਹੋਇਆ ਭਾਅ ਜੀ, ਜਦੋਂ ਚੰਦਰ ਪ੍ਰਧਾਨ ਨੂੰ ਅਸੀਂ ਲੈ ਕੇ ਆਏ ਸੀ ਨਾ, ਜਦੋਂ ਚੰਦਰ ਪ੍ਰਧਾਨ ਨੂੰ ਲੈ ਕੇ ਆਏ ਸੀ, ਅਸੀਂ ਮੱਲਾ ਤੋੜਨ ਆਏ ਸੀ। ਉਦੋਂ ਇਹ ਕਹਿੰਦੇ ਅਸੀਂ ਮੱਲਾ ਨਹੀਂ ਤੋੜਨ, ਅਸੀਂ ਕਿਹਾ ਮੱਲਾ ਨਹੀਂ ਤੋੜਨਾ, ਮਕਾਨ ਦੇ ਕੇ ਪਰ ਮੱਲਾ ਤੋੜੋ। ਇਹ ਕਹਿੰਦੇ ਅਸੀਂ ਦੇਣਾ ਹੀ ਨਹੀਂ, ਜਗ੍ਹਾ ਨਹੀਂ ਦੇਣਾ ਗਾ, ਇੱਦਾਂ ਇੱਦਾਂ ਕਹਿੰਦੇ ਪਏ ਆ। ਕਿੰਨੇ ਵਜੇ ਨਸ਼ਾ ਵਿਕਣਾ ਸ਼ੁਰੂ ਹੋ ਜਾਂਦਾ? ਇਹ ਹੋ ਗਿਆ ਭਾਅ ਜੀ, ਇਹ ਸਵੇਰ ਤੋਂ ਸ਼ਾਮ ਤੱਕ ਵਿਕਣ ਲੱਗ ਜਾਂਦਾ ਭਾਈ। ਕਿੰਨੇ ਕੁ ਉਮਰ ਦੇ ਲੋਕ ਜਿਹੜੇ ਨਸ਼ਾ ਲੈਂਦੇ ਆ? ਉਹ ਆ ਜਾਂਦੇ ਭਾਅ ਜੀ, ਵੀਹ ਬਾਈ ਸਾਲ ਦਾ ਮੁੰਡਾ, ਵੀਹ ਬਾਈ ਸਾਲ ਦਾ ਮੁੰਡਾ ਹੈਗਾ ਵਾ। ਛੋਟੇ ਛੋਟੇ ਮੁੰਡੇ ਵੀ ਇਹਨਾਂ ਨੇ ਮੁੰਡੇ ਵੀ ਨਸ਼ੇ ਕਰਨ ਲੱਗ ਜਾਂਦੇ ਆ। ਕਿਹੜਾ ਕਿਹੜਾ ਨਸ਼ਾ ਵਿਕਦਾ ਤੁਹਾਡੇ ਏਰੀਆ? ਚਿੱਟਾ ਵੀ ਵਿਕਦਾ, ਟੀਕਾ ਵੀ ਵਿਕਦਾ, ਸਮੈਕ ਵੀ ਵਿਕਦਾ, ਦਾਰੂ ਵੀ ਵਿਕਦਾ, ਸਭ ਵਿਕਦਾ ਭਾਅ ਜੀ। ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ? ਅਸੀਂ ਉਹ ਪੁਲਿਸ ਵਾਲੇ ਆ ਜਾਂਦੇ ਦੇਖ ਕੇ ਚੱਲ ਜਾਂਦੇ ਆ। ਇਹ ਪੱਲੀ ਦਾ, ਸਾਰੇ ਪੱਲੀ ਸਵਾਮੀ ਦਾ ਕੰਮ ਹੈਗਾ ਭਾਈ। ਪੱਲੀ ਸਵਾਮੀ ਕੌਣ ਹੈ? ਇਹ ਕੌਂਸਲਰ ਹੈਗਾ ਭਾਈ। ਤੇ ਤੁਸੀਂ ਵਿਧਾਇਕ ਨੂੰ ਸ਼ਿਕਾਇਤ ਕੀਤੀ ਇਸ ਬਾਰੇ? ਉਹ ਕੀਤਾ ਸੀ ਭਾਈ, ਸਾਰੇ ਕੋਈ ਨਹੀਂ ਗੱਲ ਮੰਨਦੇ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ? ਅਸੀਂ ਕਹਿੰਦੇ ਬੰਦ ਕਰਨਾ ਚਾਹੁੰਦੇ ਆ, ਨਿਸ਼ਾ ਬੰਦ ਕਰ ਦਿਓ ਭਾਜੀ। ਬਹੁਤ ਜ਼ਿਆਦਾ ਵਿਕ ਰਿਹਾ ਵਾ, ਹੱਦ ਨਾਲ ਜ਼ਿਆਦਾ। ਜਿੱਦਾਂ ਉਹ ਦਿਨ ਮੀਡੀਆ ਵਾਲੇ ਆਏ ਸੀ ਮੈਡਮ, ਉਸ ਦਿਨ ਕਹਿੰਦੇ ਕੂੜੇ ਤਰ੍ਹਾਂ ਬੈਦਾ, ਕੂੜੇ ਤਰ੍ਹਾਂ ਨਹੀਂ ਬੈਦਾ, ਪਾਣੀ ਵਾਂਗੂ ਬਹਿੰਦਾ ਵਾ। ਚਿੱਟਾ ਤੋਂ ਲੈ ਕੇ ਗਾਂਜਾ, ਟੀਕਾ ਕੀ, ਕੈਪਸੂਲ ਕੀ, ਸਰੇਆਮ ਵਿਕ ਰਿਹਾ ਵਾ। ਅਸੀਂ ਸਾਡੀ ਅਸੀਂ ਆਏ ਚੰਦਰ ਪ੍ਰਧਾਨ, ਮਕਾਨ ਟੁੱਟਣ ਲੱਗਾ ਸੀ ਸਾਡਾ, ਇਹ ਇੱਦਾਂ ਪਤਾ ਲੱਗ ਜਾਣਾ ਭਾਅ ਜੀ। ਮਕਾਨ ਟੁੱਟਣ ਲੱਗਾ ਸੀਗਾ, ਮਕਾਨ ਟੁੱਟਣ ਲੱਗਾ ਸੀਗਾ, ਅਸੀਂ ਚੰਦਰ ਪ੍ਰਧਾਨ ਨੂੰ ਅਸੀਂ ਲੈ ਕੇ ਆ ਗਏ। ਚੰਦਰ ਪ੍ਰਧਾਨ ਲੈ ਕੇ ਆਏ, ਅਸੀਂ ਰੋਕਤਾ ਸੀਗਾ, ਕਹਿੰਦਾ ਗਰੀਬਾਂ ਨੂੰ ਮਕਾਨ ਨਹੀਂ ਟੁੱਟਣੀ ਚਾਹੀਦੀ ਆ। ਇਹ ਉਸ ਤੋਂ ਬਾਅਦ ਇਹ ਪਤਾ ਨਹੀਂ ਕਿਹਨੇ ਕੀ ਕੀਤਾ, ਉਸ ਤੋਂ ਬਾਅਦ ਨਿਸ਼ਾ ਸਾਡੇ ਮਾਰੇ ਸੀ, ਸਰੇਆਮ ਵਿਕਦਾ ਵਾ, ਇੱਦਾਂ ਵਿਕਦਾ, ਪਾਣੀ ਵਾਂਗ ਬੈਲਦਾ ਵਾ। ਪੁਲਿਸ ਭਾਜੀ ਆ ਰਹੀ, ਪੈਸਾ ਲੈ ਜਾਂਦੀ, ਕੀ ਕਰ ਸਕਦੇ ਆ? ਤੁਸੀਂ ਆਪਣੇ ਇਲਾਕੇ ਦੇ ਕੌਂਸਲਰ ਜਾਂ ਵਿਧਾਇਕ ਨਾਲ ਗੱਲ ਕੀਤੀ ਭਾਜੀ? ਇੱਕ ਵਾਰੀ 36 ਵਾਰੀ ਜਾ ਕੇ ਆ ਗਏ ਅਸੀਂ। ਕੀ ਕਹਿੰਦਾ ਇਹ ਕੌਂਸਲਰ? ਕਹਿੰਦਾ ਸਾਡੀ ਗਲੀ ਦੇ ਉਹੀ ਗਲੀ ਦੇ ਪਸੂੜੀ ਪਿਆ ਨਾ, ਗਲੀ ਦੇ ਵੀ ਇਹੀ ਪਸੂੜੀ ਪਿਆ, ਗਲੀ ਵਾਸਤੇ ਕਿਰਾਇਆ ਕਰਕੇ ਸਾਡੀ ਗਲੀ ਹਾਲੇ ਤੱਕ 10 ਸਾਲ ਹੋ ਗਏ, ਇਹ ਸਾਡੇ ਘਰ ਬਹਿ ਕੇ ਵੀ ਕਿਹਾ ਅਤੇ ਬਾਂਹ ਫੋਟੋ ਹੀ ਪਾ ਦਾ, ਕੋਈ ਗੱਲ ਨਹੀਂ ਹੈਗੀ। ਸਾਡੇ ਸਾਹਮਣੇ ਬਹਿ ਕੇ ਚਾਹ ਪੀ ਕੇ ਕਹਿੰਦਾ ਸੀਗਾ, ਮੈਂ ਤੁਹਾਡੀ ਗਲੀ ਸੌਣ ਲੱਗੇ ਜਿੱਤ ਕੇ ਆਊਂਗਾ, ਮੈਂ ਪਾ ਕੇ ਛੱਡੂੰਗਾ। ਉਹਨੇ ਉਸ ਤੋਂ ਬਾਅਦ ਅਸੀਂ ਮੱਲੇ ਦੀ ਪਿੱਛੇ ਚਲੇ ਗਏ ਸੀਗੇ, ਗਰੀਬਾਂ ਮਸਲੇ, ਚਲੋ ਰੱਬ ਕਰੇ, ਸਾਡੇ ਕੋਲ ਤਾਂ ਬਹੁਤ ਜਗ੍ਹਾ ਹੈਗੀ ਹੈ, ਅਸੀਂ ਆਪਣੇ ਕਮਾ ਕੇ ਰੱਖਿਆ। ਉਹ ਕਹਿੰਦਾ ਤੇਰਾ ਮਕਾਨ ਵੀ ਤੁੜਾਊਂਗਾ, ਕਹਿੰਦਾ ਜੋ ਕੁਛ ਕਰਨਾ ਕਹਿੰਦਾ ਕਰ ਲਈ। ਪੱਲੀ ਸਾਮੀ ਨਸ਼ੇ ਦੇ ਖਿਲਾਫ ਬੋਲਣ ਦਾ? ਹਾਂਜੀ, ਬੋਲਣ ਦਾ ਕਰਕੇ, ਮਤਲਬ ਤੁਸੀਂ ਨਸ਼ੇ ਦੇ ਖਿਲਾਫ ਜਿਹੜੀ ਆਵਾਜ਼? ਹਾਂਜੀ, ਆਵਾਜ਼ ਚੱਕੀ ਆ, ਆਵਾਜ਼ ਮੈਂ ਇਕੱਲੇ ਚੱਕਿਆ, ਬਾਕੀ ਸਾਰੇ ਡਰਦੇ ਪਏ ਆ, ਅਸੀਂ ਨਾ ਕਿਸੇ ਕੋਲ ਲੈਣਾ ਨਾ ਲੈਣਾ। ਭਾਜੀ ਇੰਨੇ ਦਿਨ ਪਤਾ ਨਹੀਂ ਹੈਗਾ, ਸ਼ਾਇਦ ਕਰਾਂਗਾ, ਤੁਸੀਂ ਕਿੱਦਣ ਆਇਓ, ਮੈਂ ਤੁਹਾਨੂੰ ਫੋਨ ਕਰੂੰਗਾ, ਤੁਸੀਂ 5-6 ਵਜੇ ਆਇਓ, ਤੁਹਾਨੂੰ ਜਿੱਥੇ ਜਿੱਥੇ ਵਿਕਦਾ, ਜਾਂ ਰਾਤ ਨੂੰ ਆਇਓ, ਤੁਹਾਨੂੰ ਮੈਂ ਗੱਡੀ ਲਿਜਾ ਕੇ ਤੁਹਾਨੂੰ ਮੈਂ ਕਰਾ ਕੇ ਦਿਖਾਊਂਗਾ ਕਿਤੇ ਕਿੱਦਾਂ ਨਿਸ਼ਾ ਵਿਕਦਾ ਕਰਕੇ, ਬਸ ਇੰਨੇ ਕਰ ਸਕਦਾ। ਮੇਰਾ ਨਸ਼ਾ ਵਿਕਦਾ ਜੇ ਗੱਲ ਕਰੀਏ ਆਪਾਂ ਤਾਂ ਸ਼ਰਾਬ ਦੀ ਜਾਂ? ਪਹਿਲੇ ਵਿਕਦਾ ਸ਼ਰਾਬ, ਗਾਂਜਾ, ਗਾਂਜੇ ਤਾਂ ਖੁੱਲ੍ਹਾ ਵਿਕਦਾ ਸਰੇਆਮ ਹੀ, ਚਿੱਟਾ ਤਾਂ ਚਲੋ ਮਾੜਾ ਮਾੜਾ ਦੇ ਲੋਕੋ ਕੋਲ ਵੇਚ ਦਿੰਦੇ ਆ, ਉਹਦਾ ਟੀਕਾ ਵੀ ਵਿਕਦਾ ਵਾ, ਕੈਪਸੂਲ ਵੀ ਵਿਕਦਾ ਵਾ। ਪੁਲਿਸ ਵੀ ਨਹੀਂ ਕੁਛ ਕਰ? ਕੁਛ ਨਹੀਂ ਬੋਜੀ। ਉਧਰ ਇਸ ਮਾਮਲੇ ਨੂੰ ਲੈ ਕੇ DCP ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਸਾਰਾ ਮਾਮਲਾ ਆ ਗਿਆ, ਇਸ ਤੇ ਸਪੈਸ਼ਲ ਟੀਮ ਗਠਿਤ ਕਰਕੇ ਇਲਾਕੇ ਦੀ ਛਾਣਬੀਨ ਕੀਤੀ ਜਾਵੇਗੀ। ਦੇਖੋ ਇਹਦੇ ਵਿੱਚ ਜਿਹੜੀ ਤੁਸੀਂ ਵੀਡੀਓ ਦਿਖਾਈ ਹੈ, ਇਹਦੇ ਵਿੱਚ ਆਪਾਂ ਵੇਖਿਆ, ਇਹਦੇ ਵਿੱਚ ਬੰਦਾ ਕਹਿ ਤਾਂ ਰਿਹਾ ਵਾ, ਲੇਕਿਨ ਇਹ ਇੱਕ ਮੇਅਰ ਐਲੀਗੇਸ਼ਨ, ਆਪਾਂ ਇੱਦਾਂ ਕਰਦੇ ਹਾਂ, ਆਪਾਂ ਪੁਲਿਸ ਨੂੰ ਅੱਗੇ ਹਦਾਇਤ ਕੀਤੀ ਹੋਈ ਹੈ ਵੀ ਕਿਤੇ ਵੀ ਇੱਦਾਂ ਨਸ਼ਾ ਵਿਕਦਾ ਉੱਥੇ ਆਪਾਂ ਕਾਰਵਾਈ ਕਰਨੀ ਇਹ ਤੁਸੀਂ ਧਿਆਨ 'ਚ ਲਿਆਂਦਾ, ਇਹ 'ਤੇ ਵੀ ਆਪਾਂ ਫੋਕਸ ਕਰਕੇ ਅਤੇ ਜਲਦੀ ਹੀ ਜਿਹੜੀ ਕਾਰਵਾਈ ਕਰਾਂਗੇ।
ਸਰ ਉਹਦੇ ਉਹਨੇ ਇਹ ਵੀ ਇਲਜ਼ਾਮ ਲਗਾਇਆ ਵੀ ਕਿਤੇ ਨਾ ਕਿਤੇ ਪੁਲਿਸ ਵੀ ਜਿਹੜੀ ਉੱਥੇ ਆਮ ਤੋਂ ਕਤਰਾਉਂਦੀ ਹੈ ਨਹੀਂ ਕਾਜੀ ਮਹੱਲੇ ਦੀ ਕਾਜੀ ਮਹੱਲੇ ਨਹੀਂ ਵੇਖੋ ਉਹਦੀ ਟੋਪੋਗ੍ਰਾਫੀ ਥੋੜ੍ਹੀ ਜਿਹੀ ਕੰਜੈਸਟਡ ਹੈ ਕਰਾਊਡਡ ਏਰੀਆ ਬਾਕੀ ਆਉਣ ਤੋਂ ਕੰਨੀ ਨਹੀਂ ਕਤਰਾਉਂਦੀ ਅਸੀਂ ਖੁਦ ਮੈਂ ਉੱਥੇ ਆਪ ਵੀ ਰੇਡ ਕਰਵਾਇਆ ਆਪ ਵੀ ਕਰਦਾ ਮੈਂ ਲੇਕਿਨ ਆਪਾਂ ਹੁਣ ਇੱਕ ਸਪੈਸ਼ਲ ਟੀਮ ਲਾ ਕੇ ਜਿੱਦਾਂ CAE ਦੀਆਂ ਹੋਰ ਟੀਮਾਂ ਲਾ ਕੇ ਆਪਾਂ ਇਹਦਾ ਬਿਲਕੁਲ ਇਹਦੀ ਕਾਰਵਾਈ ਕਰਾਂਗੇ ਸਟਰੋਂਗਲੀ ਕਿਸੇ ਨੂੰ ਵੀ ਆਪਾਂ ਇਹ ਨਹੀਂ ਅਲਾਓ ਕਰਦੇ ਕਿ ਵੀ ਜਿਹੜਾ ਨਸ਼ਾ ਦੀ ਤਸਕਰੀ ਕਰੇ ਚਾਹੇ ਪੁਲਿਸ ਨਸ਼ੇ ਦੇ ਖਿਲਾਫ ਆਪਣੀ ਮੁਹਿੰਮ ਜਿੰਨੀ ਮਰਜ਼ੀ ਤੇਜ਼ ਕਰ ਲਵੇ ਪਰ ਜਲੰਧਰ ਦਾ ਇਹ ਮਹੱਲਾ ਸ਼ੁਰੂ ਤੋਂ ਹੀ ਨਸ਼ੇ ਦਾ ਗੜ ਬਣਿਆ ਹੋਇਆ ਹੈ। ਬਿਊਰੋ ਰਿਪੋਰਟ, ਟਰੂ ਸਕੂਲ।